ਹਾਲ ਸੀਨਸ ਇਹਨਾਂ ਸਾਰੀ ਕਰਾਰਦਾਦਾਂ ਦੀ ਤਾਈਦ ਲੈਣੀ ਹੈ, ਤੁਸੀਂ ਸਾਰੇ ਇਹਨਾਂ ਦੇ ਇਸ ਕਰਾਰਦਾਦਾਂ ਦੀ ਤਾਈਦ ਕਰਦੇ ਹੋ ਜੀ? ਬਹੁਤ ਸ਼ੁਕਰੀਆ ਜੀ। ਮੁਗਲ ਖਵਾਤੀਨ ਹਜ਼ਰਾਤ, ਸਾਡੇ ਅਲਮ ਦੇ ਤੌਰ ਦੇ ਉੱਤੇ ਕੁਛ ਸ਼ੀਟਸ ਵਗੈਰਾ ਬਣਾਈਆਂ ਹਨ ਕਿ ਜਿਹੜੇ ਅਸੀਂ ਇਸ ਕਾਨਫਰੰਸ ਦੇ ਹਵਾਲੇ ਦੇ ਨਾਲ ਆਪਣੇ ਇਸ ਹਵਾਲੇ ਦੇ ਨਾਲ ਅਸੀਂ ਅਲਮ ਦੇ ਤੌਰ ਦੇ ਉੱਤੇ ਉਹਨਾਂ ਨੂੰ ਦੇਣਾ ਚਾਹੁੰਦੇ ਹਾਂ। ਮੇਰੀ ਗੁਜ਼ਾਰਿਸ਼ ਹੋ ਸੀ ਮੁਹਤਰਮਾ ਜਨਾਬ ਅਨੀਸ ਸਾਹਿਬ ਜ਼ੇਬ ਤਾਹਿਰ ਖੇਲੀ ਸਾਹਿਬ ਸੀ ਕਿ ਉਹ ਸਟੇਜ ਅੱਗੇ ਅੱਗੇ ਤਸ਼ਰੀਫ ਲੈ ਆਉਣ, ਤਾਂ ਇਸ ਜਗ੍ਹਾ ਅਸੀਂ ਅਵਾਰਡਸ ਦੇਣੇ ਨੇ ਕਰ ਸਾਨੂੰ। ਸਭ ਤੋਂ ਪਹਿਲੇ ਮੈਂ ਮੁਲਤਮਿਸ ਹਾਂ ਜਨਾਬ ਡਾਕਟਰ ਜ਼ਹੂਰ ਅਹਿਮਦ ਆਵਾਨ ਸਾਹਿਬ ਸੀ ਕਿ ਉਹ ਮੁਹਤਰਮਾ ਅਨੀਸਾ ਜ਼ੇਬ ਤਾਹਿਰ ਖੇਲੀ ਸਾਹਿਬ ਦਾ ਐਵਾਰਡ ਉਹਨਾਂ ਨੂੰ ਪੇਸ਼ ਕਰਨ। ਪ੍ਰੋਫੈਸਰ ਡਾਕਟਰ ਖਾਤਰ ਗਜ਼ਨਵੀ ਸਾਹਿਬ ਸੇ ਗੁਜ਼ਾਰਿਸ਼ ਹੈ ਕਿ ਉਹ ਸਟੇਜ ਦੇ ਤਸ਼ਰੀਫ ਲਿਆਉਣ ਅਤੇ ਆਪਣੀ ਸ਼ੀਟ ਲਵਾਉਣ। ਸੁਲਤਾਨ ਮਹਿਮੂਦ ਸ਼ਾਹੀਨ ਸਾਹਿਬ ਤਸ਼ਰੀਫ ਲਿਆਉਣ ਅਤੇ ਆਪਣੀ ਸ਼ੀਟ ਹਾਸਲ ਕਰੋ। ਮੁਹਤਰਮ ਸਾਬਰ ਹੁਸੈਨ ਇਮਦਾਦ ਸਿਤਾਰਾ ਹਿੰਦਕੋ, ਆਪਣਾ ਐਵਾਰਡ ਆਲਮੀ ਕਾਨਫਰੰਸ ਐਵਾਰਡ ਮੁਹਤਰਮਾ ਅਨੀਸਾ ਜ਼ੇਬ ਤਾਹਿਰ ਖੇਲੀ ਸੇ ਹਾਸਲ ਕਰੋ। ਇਨਾਮੁੱਲਾ ਸਾਹਿਬ ਜਿਨ੍ਹਾਂ ਤਾਲੁਕ ਬਹਿਰੈਨ ਸੀ, ਉਹ ਤਸ਼ਰੀਫ ਲਿਆਉਣ ਅਤੇ ਆਪਣਾ ਐਵਾਰਡ ਮੁਹਤਰਮਾ ਸੇ ਹਾਸਲ ਕਰਨ। ਮੁਹੰਮਦ ਅਸਲਮ ਜਾਨ ਜਿਹੜੇ ਕੋੜੇ ਸੀ ਆਏ ਨੇ, ਉਹਨਾਂ ਸੀ ਦਰਖਾਸਤ ਕਿ ਉਹ ਆਪਣਾ ਸ਼ੀਲਡ ਆਪਣਾ ਐਵਾਰਡ ਲਿਆਉਣ। ਜੀ ਸਰ, ਡਾਕਟਰ ਅਰਸ਼ਦ ਜਾਵੇਦ ਸਾਹਿਬ ਦਾ ਐਵਾਰਡ ਉਹਨਾਂ ਦੀ ਤਰਫੋਂ ਡਾਕਟਰ ਜ਼ਹੂਰ ਅਹਿਮਦ ਆਵਾਨ ਸਾਹਿਬ ਵਸੂਲ ਕਰ ਸਨ। ਸਾਡੇ ਇੰਤਹਾਈ ਮੁਹਤਰਮ ਵਜ਼ੀਰ ਇਤਲਾਤ ਸ਼ੇਖ ਰਸ਼ੀਦ ਸਾਹਿਬ, ਚੂੰਕਿ ਉਹਨਾਂ ਨੇ ਆਉਣਾ ਆ, ਉਹਨਾਂ ਦਾ ਐਵਾਰਡ ਉਹਨਾਂ ਦੀ ਮੁਜਾਹਿਦ ਬਿਨ ਸੈਦ ਗਿਲਾਨੀ ਵਸੂਲ ਕਰ ਸਨ। ਸਰਦਾਰ ਖਾਨ ਫਨਾਹ ਸਾਹਿਬ ਸੀ ਦਰਖਾਸਤ ਕਿ ਤਸ਼ਰੀਫ ਲਿਆਉਣ ਅਤੇ ਆਪਣਾ ਐਵਾਰਡ ਹਾਸਲ ਕਰਨ। ਫਖਰ ਜ਼ਮਾਨ ਸਾਹਿਬ ਪੰਜਾਬੀ ਕਾਨਫਰੰਸ ਦੇ ਸਰਬਰਾਹ ਦਾ ਐਵਾਰਡ ਰਾਜਾ ਰਸਾਲੂ ਸਾਹਿਬ ਵਸੂਲ ਕਰ ਸਨ। ਕਮਾਂਡਰ ਖਲੀਲ ਰਹਿਮਾਨ ਗੋਰਨ ਸੂਬਾ ਸਰਹੱਦ ਦਾ ਐਵਾਰਡ ਡਾਕਟਰ ਜ਼ਹੂਰ ਅਹਿਮਦ ਆਵਾਨ ਸਾਹਿਬ ਵਸੂਲ ਕਰਕੇ ਉਹਨਾਂ ਨੂੰ ਪਹੁੰਚਾ ਸਨ। ਮੁਹਤਰਮਾ ਸਾਦੀਆ ਰਾਸ਼ਦ ਸਾਹਿਬਾ ਹਕੀਮ ਸਾਹਿਦ ਸਾਹਿਬ ਦੀ ਬੇਟੀ ਦਾ ਐਵਾਰਡ ਸਲਾਹਉਦੀਨ ਸਾਹਿਬ ਉਹਨਾਂ ਦੀ ਤਰਫੋਂ ਵਸੂਲ ਕਰ ਸਨ। ਸਲਾਹਉਦੀਨ ਆਰਟਿਸਟ ਅਗਰ ਬੈਠੇ ਹੋਏ, ਸਲਾਹਉਦੀਨ ਆਰਟਿਸਟ ਉਹਨਾਂ ਦਾ ਐਵਾਰਡ ਅਸੀਂ ਅਨਾਊਂਸ ਕਰਨੇ ਹਾਂ, ਬਾਅਦ ਵਸੂਲ ਕਰ ਲਵਾਂ। ਸ਼ਹਿਬਾਜ਼ ਮਲਕ ਸਾਹਿਬ ਦਾ ਐਵਾਰਡ ਉਹਨਾਂ ਨੂੰ ਪਹੁੰਚਾਇਆ ਤਾਂ ਜਸੀ ਕੰਨਨ ਰਹਿਤੁੱਲਾ ਸਾਹਿਬ ਦਾ ਐਵਾਰਡ, ਚੂੰਕਿ ਨਹੀਂ ਤਸ਼ਰੀਫ ਲਿਆਇਆ ਅੱਜ, ਉਹਨਾਂ ਦਾ ਐਵਾਰਡ ਉਹਨਾਂ ਨੂੰ ਦੇ ਤਾਂ ਜਸੀ ਗਲਬਾ ਖੁਰਸ਼ੀਦ ਸਾਹਿਬ ਦਾ ਐਵਾਰਡ ਅਸੀਂ ਅਨਾਊਂਸ ਕਰਨੇ ਹਾਂ, ਉਹਨਾਂ ਨੂੰ ਬਾਅਦ ਦੇ ਦਿੱਤਾ ਜੀ ਅਸੀਂ। MPA ਡਾਕਟਰ ਅਨਵਾਰ ਫਾਦਰ ਚਿਸ਼ਤੀ ਸਾਹਿਬ ਅਗਰ ਤਸ਼ਰੀਫ ਰੱਖ ਦੇਣ ਤਾਂ ਉਹ ਆ ਜਾਣ, ਉਹ ਆਪਣਾ ਐਵਾਰਡ ਅਨੀਸਾ ਤਾਹਿਰ ਖੇਲੀ ਸਾਹਿਬ ਅਸੀਂ ਵਸੂਲ ਫਰਮਾਉਣ।
ਨਿਚੋੜ ਦਿੱਤੇ। ਮਿਰਜ਼ਾ ਰਫਾਕਤ ਸਾਹਿਬ ਜੀ ਨਾਲ ਤਾਲਕ ਪਟਵਾਰ ਨਾਲ ਹੈ, ਉਹਨਾਂ ਨੂੰ ਅਵਾਰਡ ਦੇ ਦਿੱਤਾ ਜੀ ਅਸੀਂ। ਡਾਕਟਰ ਸਾਬਿਰ ਅਫਾਕੀ ਸਾਹਿਬ ਅਗਰ ਤਸ਼ਰੀਫ ਰੱਖ ਦੇਣ ਤਾਂ ਆਪਣਾ ਐਵਾਰਡ ਵਸੂਲ ਫਰਮਾਉਣ। ਆਜ਼ਾਦ ਕਸ਼ਮੀਰ ਸੀ ਦਾ ਉਹਨਾਂ ਦਾ ਤਾਲੁਕ ਆਜ਼ਾਦ ਕਸ਼ਮੀਰ ਦੇ ਨਾਲ ਹੈ। ਮੁਹਤਰਮਾ ਅਨੀਸਾ ਜ਼ੇਬ ਤਰਖੇਲੀ ਸਾਹਿਬ ਸੀ ਆਪਣਾ ਐਵਾਰਡ ਵਸੂਲ ਫਰਮਾਉਣ। ਨਿਗਤ ਔਰ ਰਗਜ਼ਈ ਸਾਹਿਬ ਦਾ ਐਵਾਰਡ ਅਸੀਂ ਐਲਾਨ ਕਰਨੇ ਹਾਂ, ਉਹਨਾਂ ਨੂੰ ਐਵਾਰਡ ਦੇ ਦਿੱਤੇ ਅਸੀਂ। ਪ੍ਰੋਫੈਸਰ ਜ਼ਿਆਉਲ ਕਮਰ ਸਾਹਿਬ ਦਾ ਵੀ ਐਵਾਰਡ ਉਹਨਾਂ ਨੂੰ ਦੇ ਦਿੱਤਾ ਅਸੀਂ। ਦੇ ਮੈਨੂੰ ਪ੍ਰੋਫੈਸਰ ਮੈਂ ਦੇ ਸਕਦਾ। ਮੀਆਂ ਮੁਹੰਮਦ ਅਜਮਲ ਸਾਹਿਬ ਦਾ ਐਵਾਰਡ ਦਾ ਐਲਾਨ ਕਰਦੇ ਹਾਂ, ਇਹ ਅਵਾਰਡ ਉਹਨਾਂ ਨੂੰ ਬਾਅਦ ਦੇ ਦਿੱਤਾ ਅਸੀਂ। ਸੈਦ ਅਲੀ ਸ਼ਾਹ ਸਾਹਿਬ ਸਾਬਕਾ ਐਮ ਪੀ ਏ ਵਜ਼ੀਰ ਦਾ ਐਵਾਰਡ ਦਾ ਐਲਾਨ ਅਸੀਂ ਕਰਨਾ। ਸਬਰ ਮਸ਼ਕੂਰ ਹੁਸੈਨ ਕੰਬੋ ਜਿਨ੍ਹਾਂ ਦਾ ਤਾਲੁਕ ਇਸਲਾਮਾਬਾਦ ਨਾਲ ਹੈ, ਉਹਨਾਂ ਦਾ ਐਵਾਰਡ ਦਾ ਐਲਾਨ ਕਰਨਾ। ਸੂਫੀ ਬਸ਼ੀਰ ਅਹਿਮਦ ਦੁਰਾਨੀ ਆਪਣਾ ਐਵਾਰਡ ਬਾਅਦ ਵਸੂਲ ਕਰ ਲਸੂ। ਰਿਫਤ ਅਕਬਰ ਸਵਾਤੀ ਐਮ ਪੀ ਏ ਆਪਣਾ ਐਵਾਰਡ ਬਾਅਦ ਵਸੂਲ ਕਰ ਲਸੂ। ਸ਼ਰਾਫਤ ਅਲੀ ਮੁਬਾਰਕ ਸਾਹਿਬ ਉਹਨਾਂ ਨੂੰ ਵੀ ਐਵਾਰਡ ਪਹੁੰਚਾਇਆ ਤਾਂ ਅਸੀਂ। ਨਜ਼ੀਰ ਅਹਿਮਦ ਅਵਾਨ ਜਿਨ੍ਹਾਂ ਨੇ ਆਉਣਾ ਆ ਲੇਕਿਨ ਬਾਵਜੂਦ ਲੰਡਨ ਸੇ ਨਹੀਂ ਆ ਸਕੇ, ਉਹਨਾਂ ਨੂੰ ਐਵਾਰਡ ਪੇਸ਼ ਕੀਤਾ ਜਾਂਦਾ ਸੀ। ਮੁਸ਼ਤਾਕ ਸ਼ਬਾਬ ਸਾਹਿਬ ਅਗਰ ਤਸ਼ਰੀਫ ਰੱਖ ਦੇਣ, ਮੁਸ਼ਤਾਕ ਸ਼ਬਾਬ ਸਾਹਿਬ ਸੀ ਦਰਖਾਸਤ ਹੈ ਕਿ ਤਸ਼ਰੀਫ ਲਿਆਉਣ ਅਤੇ ਅਨੀਸਾ ਜ਼ੇਬ ਤਰਖੇਲੀ ਸਾਹਿਬ ਸੀ ਆਪਣਾ ਐਵਾਰਡ ਵਸੂਲ ਕਰਨ। ਡਾਕਟਰ ਨੈਤੁੱਲਾ ਫੈਜ਼ੀ ਸਾਹਿਬ ਤਸ਼ਰੀਫ ਲਿਆਉਣ ਜਿਨ੍ਹਾਂ ਤਾਲੁਕ ਚਿਤਰਾਲ ਨਾਲ ਹੈ, ਉਹ ਆਪਣਾ ਐਵਾਰਡ ਹਾਸਲ ਕਰਨ। ਮੁਹਤਰਮ ਫਲਤੁੱਲਾ ਬਾਬਰ ਸਾਹਿਬ ਦਾ ਐਵਾਰਡ ਉਹਨਾਂ ਨੂੰ ਬਾਅਦ ਦੇ ਦਿੱਤਾ ਜਾਸੀ। ਅਹਿਮਦ ਸਲੀਮ ਜਿਨ੍ਹਾਂ ਦਾ ਤਾਲੁਕ ਲਾਹੌਰ ਨਾਲ ਹੈ, ਇਹ ਐਵਾਰਡ ਉਹਨਾਂ ਨੂੰ ਸੀ ਪਹੁੰਚਾ ਦੇ ਸੀ। ਫਾਰੂਕ ਜਾਨ ਬਾਬਰ ਸਾਹਿਬ ਅਗਰ ਤਸ਼ਰੀਫ ਰੱਖ ਦੇਣ ਤਾਂ ਤਸ਼ਰੀਫ ਲਿਆਉਣ ਅਤੇ ਮੁਹਤਰਮਾ ਅਨੀਸਾ ਜ਼ੇਬ ਤਰਖੇਲੀ ਸਾਹਿਬ ਸੀ ਸਾਹਿਬਾ ਸੀ ਆਪਣਾ ਐਵਾਰਡ ਵਸੂਲ ਕਰਨ। ਪ੍ਰੋਫੈਸਰ ਸੂਫੀ ਅਬਦੁਲ ਰਸ਼ੀਦ ਸਾਹਿਬ ਦਾ ਐਵਾਰਡ ਹੈਦਰ ਜ਼ਮਾਨ ਹੈਦਰ ਸਾਹਿਬ ਵਸੂਲ ਫਰਮਾਉਣ। ਪ੍ਰੋਫੈਸਰ ਮਿਹਰਾਬ ਖਾਵਰ ਸਾਹਿਬ ਜਿਹੜੇ ਪਟਵਾਰ ਸੀ ਤਸ਼ਰੀਫ ਲਿਆਏ, ਉਹਨਾਂ ਸੀ ਦਰਖਾਸਤ ਹੈ ਕਿ ਉਹ ਤਸ਼ਰੀਫ ਲਿਆਉਣ ਅਤੇ ਆਪਣਾ ਐਵਾਰਡ ਵਸੂਲ ਫਰਮਾਉਣ। ਡਾਕਟਰ ਸਾਬਰ ਕਲੋਲਵੀ ਸਾਹਿਬ ਸੀ ਦਰਖਾਸਤ ਹੈ ਕਿ ਅਗਰ ਤਸ਼ਰੀਫ ਨਹੀਂ ਲਿਆ ਸਕਦੇ, ਉਹਨਾਂ ਦਾ ਐਵਾਰਡ ਜੀ ਬੱਚਾ ਉਹਨਾਂ ਦੇ ਬੇਟੇ ਸੀ ਦਰਖਾਸਤ ਹੈ ਕਿ ਉਹਨਾਂ ਦੀ ਤਰਫੋਂ ਐਵਾਰਡ ਵਸੂਲ ਫਰਮਾਉਣ। ਆ ਗਏ ਨਾ ਮੋਹਸਿਨ ਅਹਿਸਾਨ ਸਾਹਿਬ ਦਾ ਐਵਾਰਡ ਅਸੀਂ ਅਨਾਊਂਸ ਕਰਨੇ ਹਾਂ, ਉਹਨਾਂ ਨੂੰ ਦੇ ਦਿੱਤੇ ਅਸੀਂ। ਪ੍ਰੋਫੈਸਰ ਡਾਕਟਰ ਫਹਿਮੀਦਾ ਹੁਸੈਨ ਸਾਹਿਬਾ ਸੀ ਇਲਤਮਾਸ ਹੈ ਜਿਨ੍ਹਾਂ ਦਾ ਤਾਲੁਕ ਸਿੰਧ ਨਾਲ ਹੈ, ਸਿੰਧ ਯੂਨੀਵਰਸਿਟੀ ਦੀ ਪ੍ਰੋਫੈਸਰ ਹਨ ਅਤੇ ਉਹਨਾਂ ਨੇ ਬੜਾ ਖੂਬਸੂਰਤ ਮਕਾਲਾ ਵੀ ਪੇਸ਼ ਕੀਤਾ ਹੈ। ਉਹਨਾਂ ਸੀ ਇਲਤਮਾਸ ਹੈ ਕਿ ਉਹ ਤਸ਼ਰੀਫ ਲਿਆਉਣ ਅਤੇ ਮੁਹਤਰਮਾ ਅਨੀਸਾ ਤੈਬ ਖੇਲੀ ਸੀ ਆਪਣਾ ਐਵਾਰਡ ਵਸੂਲ ਫਰਮਾਉਣ। ਦਾਦ ਮੁਹੰਮਦ ਸਦੀਕੀ ਜਿਨ੍ਹਾਂ ਦਾ ਤਾਲੁਕ ਅਕੋੜਾ ਖਟਕ ਨਾਲ ਹੈ, ਦਰਖਾਸਤ ਹੈ ਕਿ ਤਸ਼ਰੀਫ ਲਿਆਉਣ ਅਤੇ ਆਪਣਾ ਐਵਾਰਡ ਵਸੂਲ ਕਰੋ। ਸੈਯਦ ਜ਼ਹਿਰ ਅਲੀ ਸ਼ਾਹ ਐਮ ਪੀ ਏ ਪਿਸ਼ੋਰ ਦੇ ਉਹਨਾਂ ਦੇ ਐਵਾਰਡ ਦਾ ਐਲਾਨ ਕਰਨੇ ਆ। ਸੈਯਦ ਮਾਸੂਮ ਸ਼ਾਹ ਮਾਸੂਮ ਜਿਨ੍ਹਾਂ ਦਾ ਤਾਲੁਕ ਕੁਆਟ ਨਾਲ ਹੈ, ਤਸ਼ਰੀਫ ਲਿਆਉਣ ਅਤੇ ਆਪਣਾ ਐਵਾਰਡ ਵਸੂਲ ਫਰਮਾਉਣ। ਸੈਯਦ ਫਿਆਜ਼ ਅਲੀ ਸ਼ਾਹ ਰੇਡੀਓ ਬੁਰਾਕ ਦੇ ਨਾਲ ਜਿਨ੍ਹਾਂ ਦਾ ਤਾਲੁਕ ਹੈ, ਉਹਨਾਂ ਦੇ ਐਵਾਰਡ ਦਾ ਐਲਾਨ ਕਰਨੇ। ਅਕਰਮ ਖਾਨ ਦੁਰਾਨੀ ਵਜ਼ੀਰਾਲਾ ਸੂਬਾ ਸਰਹੱਦ ਦਾ ਐਵਾਰਡ ਉਹਨਾਂ ਦੇ ਹਜ਼ੂਰ ਪੇਸ਼ ਕੀਤਾ ਗਿਆ ਸੀ। ਸੈਯਦ ਅਖਤਰ ਹੁਸੈਨ ਅਖਤਰ ਡਾਕਟਰ ਸੈਯਦ ਅਖਤਰ ਹੁਸੈਨ ਅਖਤਰ ਦਾ ਐਵਾਰਡ ਉਹਨਾਂ ਨੂੰ ਦੇ ਦਿੱਤਾ ਸੀ। ਸਾਡੇ ਸਾਬਕਾ ਵਜ਼ੀਰਾਲਾ ਸਰਦਾਰ ਮਹਿਤਾਬ ਅਬਾਸੀ ਸਾਹਿਬ ਦਾ ਐਵਾਰਡ ਦਾ ਅਸੀਂ ਐਲਾਨ ਕਰਨੇ ਹਾਂ।
غلام احمد شاہ صاحب اگر تشریف رکھ دیں, سوری غلام احمد بلور صاحب دا ایوارڈ انہوں نے پیش کیتا جسی, بلکہ کہنے آجی علیم صاحب انہوں نے طرف وصول کر لوں. عدیل رو صاحب دا ایوارڈ عدیل رو صاحب دا ایوارڈ انہوں نے دیتا جسی. جناب محترم حاجی محمد عدیل صاحب دا ایوارڈ محترمہ انیسہ زیب ترخیلی دیسن تو انہوں نے طرف حاجی علیم جان صاحب ایوارڈ وصول کر سن. عدیل ڈاکٹر الف خان صاحب دا ایوارڈ دا اعلان کر رہے ہیں. جسٹس میاں برہان الدین صاحب ایوارڈ اسی اناؤنس کرنے ہیں, انشاءاللہ انہوں نے ایوارڈ دے دے جسی. مختار نیئر صاحب چونکہ تشریف نہیں لیا سکے انہوں نے ایوارڈ انہوں نے دے دے جسی. محترمہ آسمہ جہانگیر صاحب دا ایوارڈ دا اعلان کرنے ہیں. محترم سید قمر عباس صاحب دا ایوارڈ دا اعلان کرنے ہیں. مظم بٹ دا ایوارڈ انہوں نے پیش کیتا جسی. آغا انور گل صاحب نے بھی ایوارڈ پیش کیتا جسی. حاجی غلام علی صاحب دا ایوارڈ حاجی علیم جان صاحب وصول فرماسن. سابقا ناظم اعلیٰ پشور جناب اعظم افریدی صاحب دا ایوارڈ ڈاکٹر ظہور احمد عوان صاحب وصول فرماسن. عامر امان صاحب دا ایوارڈ دا اعلان کرنے ہیں. نجیب اللہ انجم صاحب دے ایوارڈ دا اعلان کرنے ہیں. ساڈے محترم جیو دے نمائندے جڑے موجود ہیں امجد عزیز ملک صاحب دا ایوارڈ انہاں دے کوئی نمائندے وصول فرما لوں. اسی طرح روزنامہ مشرق دے دا ایوارڈ روزنامہ مشرق نو ایوارڈ دا اعلان کرنے ہاں. روزنامہ مشرق دا کوئی بھی نمائندہ ایوارڈ وصول فرما لے. ٹھیک آ جاؤں جی. روزنامہ پاکستان دا ایوارڈ کون جی انصر عباس صاحب وصول فرماؤں. روزنامہ خبریں دا ایوارڈ عفت صدیقی صاحب سے درخواست ہے کہ روزنامہ خبریں دا ایوارڈ وصول فرماؤں. روزنامہ سرخاب دا ایوارڈ درخواست ہے کہ وہ روزنامہ سرخاب دا ایوارڈ وجاہت وصول کر سن. روزنامہ صبح دا ایوارڈ وسیم صاحب وصول فرما سن. وسیم شاہد صاحب کٹیرا اخبار دا ایوارڈ وصول فرماؤں. اس سے پہلے وسیم شاہد صاحب روزنامہ صبح دا ایوارڈ وصول فرما. پی ٹی وی پشور دا ایوارڈ انہوں دے جی ایم جناب مجاہد بن سید گیلانی وصول فرماؤں. اے آر وائی ٹی وی دا ایوارڈ ضیاء الحق وصول فرماؤں. اے آر وائی ٹی وی ضیاء الحق روزنامہ ڈان دے دا ایوارڈ کوئی نمائندہ ہونا تو ہوئے روزنامہ ڈان وصول فرماؤں.
روزنامہ نیوز دا ایوارڈ درخواست ہے کہ وصول فرماؤں. اور کوئی نظر تھا اخبار کوئی رہ گیا کوئی اخبار بہت بہت شکریہ انیسہ زیب تیرخیلی صاحبہ تھوڑے بڑے شکر گزار ہاں.